ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ ਹੈ ਇਹਨਾਂ ਨੇ ਆਪਣੀ ਈਮੇਲ ਨਾਲ ਕੁਝ ਫੋਟੋਆਂ ਵੀ ਭੇਜੀਆਂ ਹਨ ਇਹਨਾਂ ਦਾ ਕਹਿਣਾ ਹੈ ਕਿ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਵਿੱਚ ਸਵਿਮਿੰਗ ਪੂਲ ਬਣਾਉਣ ਦੇ ਉਦਘਾਟਨੀ ਸਮਾਰੋਹ ਵਿਖੇ ਗਣੇਸ਼ ਅਤੇ ਲਕਸ਼ਮੀ ਦੀਆਂ ਫੋਟੋਆਂ ਰੱਖ ਕੇ ਭੂਮੀ ਪੂਜਨ ਕੀਤਾ ਗਿਆ ਇਸ ਸਮਾਗਮ ਵਿੱਚ ਸਾਰੇ ਪਗੜੀਧਾਰੀ ਸਿੱਖ ਭੂਮੀ ਪੂਜਨ ਕਰ ਰਹੇ ਹਨ ਸਾਡੇ ਸਿੱਖ ਹਿੰਦੂਤਵ ਦੇ ਰਸਤੇ 'ਤੇ ਕਿਉਂ ਚੱਲ ਰਹੇ ਹਨ ਜੀ ਡਾਕਟਰ ਸਾਹਿਬ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਸਾਨੂੰ ਲਗਾਤਾਰਤਾ ਨਾਲ ਕੁਛ ਨਾ ਕੁਛ ਭੇਜਦੇ ਰਹਿੰਦੇ ਨੇ ਕਈ ਵਾਰ ਅਸੀਂ ਪਿੱਕ ਕਰਦੇ ਹਾਂ ਕਈ ਵਾਰ ਨਹੀਂ ਕਰਦੇ ਇਸ ਵਾਰ ਉਹਨਾਂ ਨੇ ਪੂਰੀ ਦੋ ਤਿੰਨ ਫਾਈਲ ਭੇਜੀ ਨਾਲ ਜੀ ਔਰ ਵਾਕਈ ਜਦੋਂ ਮੈਂ ਉਹ ਪਿਕਚਰਸ ਦੇਖੀਆਂ ਇੱਕ ਪਾਸੇ ਗਣੇਸ਼ ਦੀ ਮੂਰਤ ਹੈ ਪੂਰਾ ਬਣਿਆ ਹੋਇਆ ਇੱਕ ਪਾਸੇ ਲਕਸ਼ਮੀ ਦੀ ਹੈ ਜੀ ਵਿਚਕਾਰ ਸ਼ਾਇਦ ਵਿਸ਼ਵਕਰਮਾ ਹੈ ਜੀ ਅਤੇ ਉਹ ਪੂਰੀ ਜ਼ਮੀਨ 'ਤੇ ਰੱਖਿਆ ਹੋਇਆ ਪੂਰਾ ਉਹਦਾ ਪੂਜਾ ਦਾ ਸਮਾਨ ਹੈ ਜੀ ਅਤੇ ਤਿੰਨ ਚਾਰ ਸੋਹਣੇ ਸਿੱਖ ਸੋਹਣੀਆਂ ਪੱਗਾਂ ਵਾਲੇ ਜਿਹੜੇ ਨੇ ਉਹ ਹੱਥ ਥਾਲ ਲੈ ਕੇ ਅਤੇ ਉਹਦਾ ਭੂਮੀ ਪੂਜਨ ਕਰ ਰਹੇ ਨੇ ਜੀ ਔਰ ਇਹ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਹੁਣ ਇਹ ਦਸ਼ਮੇਸ਼ ਜੀ ਦੇ ਨਾਂ 'ਤੇ ਅਨੰਦਪੁਰ ਸਾਹਿਬ ਦੀ ਧਰਤੀ ਜੀ ਔਰ ਉਸ ਗੁਰੂ ਦਾ ਇਹ ਫਰਮਾਨ ਕਿ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਮਾਨੈ ਤੀਰਥ ਨਾ ਤੀਰਥ ਨੂੰ ਮੰਨੇ ਨਾ ਗੌਰ ਨੂੰ ਮੰਨੇ ਨਾ ਮੜੀ ਨੂੰ ਮੰਨੇ ਅਤੇ ਖਾਲਸਾ ਉਹੀ ਹੈ ਗੁਰੂ ਕਲਗੀਧਰ ਫਰਮਾਉਂਦੇ ਨੇ ਕਿ ਜਿਹੜਾ ਸਿਰਫ ਨਿਖਾਲਸ ਜਿਹੜਾ ਉਹ ਇੱਕ ਰੱਬ ਦੇ ਵਿੱਚ ਯਕੀਨ ਰੱਖਦਾ ਔਰ ਜਿਹੜਾ ਦਸਵੇਂ ਪਾਤਸ਼ਾਹ ਦਾ ਫਰਮਾਨ ਹੈ ਜੋਤ ਜੋਤ ਸਮਾਨ ਤੋਂ ਪਹਿਲਾਂ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਸੋ ਇੱਕ ਅਕਾਲ ਪੁਰਖ ਤੋਂ ਬਿਨਾਂ ਸਿੱਖ ਕਿਸੇ 'ਚ ਯਕੀਨ ਨਹੀਂ ਰੱਖਦਾ ਮੂਰਤੀ ਪੂਜਾ ਦੇਵੀ ਦੇਵਤਿਆਂ ਨੂੰ ਮੰਨਣਾ ਇਹ ਤਾਂ ਬਿਲਕੁਲ ਜਿਹੜੀਆਂ ਉਹ ਪ੍ਰੈਕਟਿਸਿਸ ਨੇ ਜਿਨ੍ਹਾਂ ਤੋਂ ਸਾਡਾ ਖਹਿੜਾ ਛੁਡਾਇਆ ਜੀ ਪਰ ਹੁਣ ਜੇ ਬਾਦਲਕਿਆਂ ਦੇ ਹੱਥ ਅਸੀਂ ਚੜ੍ਹ ਗਏ ਹਾਂ ਗਊਸ਼ਾਲਾਵਾਂ ਵੀ ਹਰ ਥਾਂ ਬਣ ਰਹੀਆਂ ਨੇ ਇਹ ਟੱਬਰ ਜਿਹੜਾ ਉਹਦਾ ਗੋਹਾ ਚੁੱਕ ਕੇ ਸਮਝਦੇ ਨੇ ਕਿ ਵੀ ਅਸੀਂ ਸੁਖਬੀਰ ਬਾਦਲ ਦਾ ਮੁੰਡਾ ਲਿਆ ਗਊਸ਼ਾਲਾ 'ਚ ਜਾ ਕੇ ਅਤੇ ਬਾਬਿਆਂ ਦਾ ਕਲਚਰ ਜਿਹੜਾ ਕੋਈ ਨਾਨਕਸਰੀ ਕਿਸੇ ਥਾਂ 'ਤੇ ਬੈਠੇ ਹੁੰਦੇ ਨੇ ਇਹਨਾਂ ਨੇ ਵੀ ਇੱਕ ਤਰਨ ਤਾਰਨ ਦੇ ਨੇੜੇ ਇਹਨਾਂ ਦਾ ਬਾਬਾ ਬਾਦਲ ਟੱਬਰ ਦਾ ਜੀ ਜਿੱਥੇ ਉਹ ਜਾਂਦੇ ਨੇ ਕਿ ਜੀ ਇੱਥੋਂ ਸਾਨੂੰ ਸਭ ਕੁਛ ਮਿਲਦਾ ਅਤੇ ਹੁਣ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਪੰਜਾਬ ਗੌਰਮੈਂਟ ਸਾਰਾ ਕੁਛ ਇਹਨਾਂ ਦਾ ਹੀ ਹੈ ਇਹ ਤਾਂ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਪ੍ਰੋਜੈਕਟ ਬਣਾ ਰਹੇ ਨੇ ਤਾਂ ਕਿ ਜਿਹੜੇ ਸਿੱਖ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ ਉਹ ਨੈਣਾ ਦੇ ਨੈਣਾ ਦੇਵੀ ਦੇ ਟਿੱਲੇ 'ਤੇ ਜਾ ਕੇ ਟਿੱਕੇ ਵੀ ਲਵਾਉਣ ਜੀ ਪੂਜਾ ਵੀ ਕਰਨ ਪੰਡਤਾਂ ਦੇ ਜਿਹੜੀ ਹੈ ਉਹ ਉਹਨਾਂ ਨੂੰ ਵੀ ਦੇਣ ਦਕਸ਼ਣਾ ਸੋ ਇਹ ਹੁਣ ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ ਔਰ ਮੈਂ ਸਮਝਦਾ ਵੀ ਪ੍ਰਿੰਸੀਪਲ ਸੁਰਿੰਦਰ ਸਿੰਘ ਵਰਗੇ ਉੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹੜੇ ਸਾਰੀ ਉਮਰ ਮਿਸ਼ਨਰੀ ਦੀ ਗੱਲ ਕਰਦੇ ਨੇ ਕਿ ਜੀ ਅਸੀਂ ਕਾਲਜ ਖੋਲ੍ਹੇ ਆ ਅਸੀਂ ਗੁਰਮਤਿ ਦਾ ਪ੍ਰਚਾਰ ਕਰਦੇ ਹਾਂ ਕਦੇ ਇਹਨਾਂ ਦੇ ਮੈਂ ਬਿਆਨ ਨਹੀਂ ਦੇਖੇ ਹੈ ਜੀ ਰੋਪਵੇ ਪ੍ਰੋਜੈਕਟ ਦੇ ਉੱਤੇ ਵੀ ਜਦੋਂ ਉਹ ਆਏ ਟੀ ਵੀ 84 'ਤੇ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਜੀ ਕੀ ਆ ਗੋਲ ਮੋਲ ਕਰ ਗਿਆ ਜੀ ਸਿੱਖਾਂ 'ਚ ਜਾਗ੍ਰਿਤੀ ਹੋਏ ਅੱਗੇ ਤੁਰੇ ਗੱਲ ਫਿਰ ਗੱਲ ਬਣੇ ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਜਿਹੜੇ ਨੇ ਹੁਣ ਇਸ ਵੇਲੇ ਬਾਦਲ ਦਲ ਦਾ ਔਰ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਹ ਕਹਿਣਾ ਕਿ ਜੀ ਮੈਂ ਤਾਂ ਜ਼ਰੂਰਤ ਨਹੀਂ ਕਰ ਸਕਦਾ ਪਿਓ ਪੁੱਤਰ ਦੇ ਖਿਲਾਫ਼ ਬੋਲਣ ਦਾ ਹੁਣ ਇਹ ਕੀ ਪੁਆਇੰਟ ਆਊਟ ਕਰਦਾ ਕਿ ਇਹ ਹੁਣ ਹਿੰਦੂਤਵਾਦ ਆ ਇਹ ਨਰਿੰਦਰ ਮੋਦੀ ਦੇ ਰਸਤੇ ਚੜ੍ਹੇ ਹੋਏ ਨੇ ਟਿੱਕੇ ਲਾਉਣ ਮੁਕਟ ਲਾਉਣ ਆਰਤੀਆਂ ਕਰਨ ਗੋਆ ਚੁੱਕਣ ਇਹ ਸਾਰੇ ਹੁਣ ਹਿੰਦੂਤਵਾਦ ਦੇ ਹੀ ਲੱਛਣ ਨੇ ਜੀ ਜੀ ਸੋ ਜਦੋਂ ਤੱਕ ਇਹਨਾਂ ਤੋਂ ਪੰਥ ਦਾ ਛੁਟਕਾਰਾ ਨਹੀਂ ਹੁੰਦਾ ਇਹ ਧੱਸਦਾ ਜਾਏਗਾ ਹਿੰਦੂਤਵਾਦ ਦੇ ਖਾਰੇ ਉਸ ਸਮੁੰਦਰ ਦੇ ਵਿੱਚ ਹੋਰ ਤੋਂ ਹੋਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਅਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਅੱਜ 29 ਅਗਸਤ 2013 14 ਭਾਦੋਂ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਅਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਿਕ ਅਹਿਮੀਅਤ ਹੈ ਸਿੱਖ ਇਤਿਹਾਸ ਦੇ ਹਵਾਲੇ ਨਾਲ 1933 ਦੇ ਵਿੱਚ ਬਾਬੂ ਤੇਜਾ ਸਿੰਘ ਪਸੌੜ ਦੀ ਮੌਤ ਹੋਈ ਹਾਲਾਂ ਜਦੋਂ ਇਹਨਾਂ ਦੀ ਮੌਤ ਹੋਈ ਇਹਨਾਂ ਨੂੰ ਪੰਥ 'ਚੋਂ ਕੱਢਿਆ ਹੋਇਆ ਸੀ ਐਕਸਕਮਿਊਨੀਕੇਟ ਸੀ ਪਰ ਮੈਂ ਫਿਰ ਵੀ ਇਹਨੂੰ ਪਿੱਕ ਕਰ ਲਿਆ ਜੀ ਤਾਂ ਰੀਜ਼ਨ ਕਿ ਵੀ ਕਈ ਵਾਰ ਕੁਛ ਚੀਜ਼ਾਂ ਜਿਵੇਂ ਅੱਜ ਅਸੀਂ ਦਲਿਤ ਭਾਈਚਾਰੇ ਦੇ ਹਵਾਲੇ ਨਾਲ ਗੱਲਬਾਤ ਕਰਦੇ ਹਾਂ ਕਿ ਭਾਈ ਅਸੀਂ ਕੌਮ ਨੇ ਉਹਨਾਂ ਨੂੰ ਆਪਣਾ ਅਨਿੱਖੜਵਾਂ ਅੰਗ ਹੋਣ ਦੇ ਬਾਵਜੂਦ ਆਪਣੇ ਨੇੜੇ ਨਹੀਂ ਲਾਇਆ ਜੀ ਸੋ ਇਹਨਾਂ ਨੇ ਇੱਕ ਜ਼ਮਾਨੇ 'ਚ ਦਲਿਤਾਂ ਦੇ ਵਿੱਚ ਸਿੱਖੀ ਪ੍ਰਚਾਰ ਦੀ ਗੱਲ ਨੂੰ ਅੱਗੇ ਤੋਰਿਆ ਪੰਜ ਖੰਡ ਪਸੌੜ ਖਾਲਸਾ ਦੀਵਾਨ ਬਣਾਇਆ ਔਰਤਾਂ ਦੇ ਅੱਜ ਤਾਂ ਅਸੀਂ ਹੱਕਾਂ ਦੀ ਗੱਲ ਕਰਦੇ ਹਾਂ ਵੀ ਆਹ ਨਹੀਂ ਹੈ ਇੱਕ ਜ਼ਮਾਨਾ ਸੀ ਕਿ ਔਰਤਾਂ ਨੂੰ ਬੱਚੀਆਂ ਨੂੰ ਸਕੂਲ ਹੀ ਨਹੀਂ ਸੀ ਜਾਣ ਦਿੱਤਾ ਜਾਂਦਾ ਜੀ ਸੋ ਇਹਨਾਂ ਨੇ ਪਸੌੜ ਦੇ ਵਿੱਚ ਜਿਹੜਾ ਖਾਲਸਾ ਸਕੂਲ ਭੁਜੰਗਣਾ ਦਾ ਖੋਲ੍ਹਿਆ ਜਿਹਦੇ 'ਚ ਕਿ ਤੁਸੀਂ ਬੱਚੀ 3-4 ਸਾਲ ਦੀ ਐਡਮਿਟ ਕਰਵਾ ਦਿੰਦੇ ਸੀ ਲੋਜਿੰਗ ਬੋਰਡਿੰਗ ਦਾ ਪ੍ਰਬੰਧ ਸੀ ਸੋ ਮੁੱਢਲੀ ਜਿਹੜੀ ਐਜੂਕੇਸ਼ਨ ਦੀ ਗੱਲ ਖਾਲਸਾ ਪਾਰਲੀਮੈਂਟ ਬਣਾਈ ਪਸੌੜ ਦੇ ਵਿੱਚ ਜੀ ਫਿਰ ਇਹਨਾਂ ਤੋਂ ਕੁਤਾਹੀ ਵੀ ਹੋਈ ਜਿਵੇਂ ਜਿਹੜੇ ਬੰਦੇ
ਤਬਦੀਲੀ ਚਾਹੁੰਦੇ ਨੇ, ਕਈ ਵਾਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਸਟੋਪ ਕਰਨਾ, ਉਸ ਤੋਂ ਵੀ ਅੱਗੇ ਨਿਕਲ ਜਾਂਦੇ ਨੇ ਜੀ। ਸੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਹਵਾਲੇ ਨਾਲ ਕਿ ਭਗਤ ਬਾਣੀ ਦਾ ਥੋਟ ਹੋ ਰਿਹਾ, ਗੁਰੂ ਸਾਹਿਬਾਨ ਦੀ ਬਾਣੀ ਦਾ ਹੋ ਰਿਹਾ, ਕੁਛ ਇਸ ਕਿਸਮ ਦਾ ਜਿਹੜਾ ਹਾਈਪੋਥੀਸਿਸ ਹੈ ਉਹਨੂੰ ਪ੍ਰਮੋਟ ਕਰਨਾ ਚਾਹੇ ਤਾਂ ਮਹਾਰਾਜਾ ਪਟਿਆਲਾ ਦੂਜੇ ਤੀਜੇ ਜਿਹੜੇ ਸਾਰੇ ਹੀ ਖਫਾ ਸੀ, ਕਿਉਂਕਿ ਇਹਨਾਂ ਦੀ ਰੈਵੋਲਿਊਸ਼ਨਰੀ ਲਾਈਨ ਸੀ, ਬਰਾਬਰੀ ਦੀ ਗੱਲ ਸੀ, ਤੱਤ ਖਾਲਸਾ ਦੀ ਗੱਲ ਕਰਦੇ ਸੀ। ਉਹਨਾਂ ਨੇ ਫਿਰ ਕੇਸ ਜਿਹਾ ਬਿਲਡ ਕਰਕੇ, ਉਦੋਂ ਤੱਕ ਸ਼੍ਰੋਮਣੀ ਕਮੇਟੀ ਹੋਣ 'ਚ ਆ ਚੁੱਕੀ ਸੀ, ਸੋ ਉਹਨਾਂ ਨੂੰ ਤਲਬ ਕੀਤਾ, ਉਹਨਾਂ ਨੇ ਕਿਹਾ ਜੀ ਮੈਂ ਤਾਂ ਮੰਨਦਾ ਹੀ ਨਹੀਂ ਤੁਹਾਡੇ ਇਸ ਸਾਰੇ ਪਾਠ ਨੂੰ, ਸੋ ਉਹਨਾਂ ਨੂੰ ਪੰਚ ਚੋਂ ਖਾਰਜ ਕੀਤਾ ਗਿਆ ਜੀ। ਸੋ ਉਹਨਾਂ ਦੀ ਮੌਤ ਹੋਈ ਕੁਛ ਅਰਸਾ ਪਹਿਲਾਂ, ਸ਼ਾਇਦ 4-5 ਸਾਲ ਪਹਿਲਾਂ। ਉਹਨਾਂ ਦੇ ਪਰਿਵਾਰ ਦਾ ਕੋਈ ਜੀ ਅਕਾਲ ਤਖਤ ਸਾਹਿਬ 'ਤੇ ਆ ਕੇ ਉਸਨੇ ਕਿਹਾ ਕਿ ਜੀ ਸਾਡੇ ਬਖਸ਼ੋ ਬਾਬੇ ਨੂੰ ਜੀ, ਵੀ ਉਹਨਾਂ ਨੇ ਸਾਰੀ ਜ਼ਿੰਦਗੀ ਤਾਂ ਸਿੱਖੀ ਲਈ ਲਾਈ ਸੀ ਪਰ ਅੜਬ ਸੀਗੇ, ਅੜ ਗਏ ਕਿਸੇ ਗੱਲ ਦੇ ਉੱਤੇ ਜੀ। ਸੋ ਅੱਜ ਦੇ ਦਿਨ ਉਹਨਾਂ ਦੀ ਮੌਤ ਹੁੰਦੀ ਹੈ। 1958 ਦੇ ਵਿੱਚ ਬਾਬਾ ਬਕਾਲਾ 'ਚ ਅੱਜ ਦੇ ਦਿਨ ਅਕਾਲੀ ਕਾਨਫਰੰਸ ਹੋਈ, ਜਿਹਦੇ 'ਚ ਉਹਨਾਂ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਉਣ ਦਾ ਮਤਾ ਪਾਸ ਕੀਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ, ਕਿਉਂਕਿ ਭਾਰਤ ਦੇ ਉੱਤੇ ਕਬਜ਼ੇ ਦੇ ਲਈ, ਸਭ ਕੰਟੀਨੈਂਟ 'ਤੇ ਕਬਜ਼ੇ ਲਈ ਬਹੁਤ ਸਾਰੀਆਂ ਇਹ ਜਿਹੜੀਆਂ ਯੂਰਪੀਅਨ ਫੋਰਸਿਸ ਨੇ, ਜਿਨ੍ਹਾਂ ਦੇ ਵਿੱਚ ਪੁਰਤਗਾਲੀ ਔਰ ਡੱਚ ਔਰ ਅੰਗਰੇਜ਼ ਇਹ ਸਾਰੇ ਹੀ ਪਹੁੰਚੇ ਹੋਏ ਸੀ, ਫਰੈਂਚ ਜੀ। ਸੋ 1612 ਦੇ ਵਿੱਚ ਜਿਹੜੀ ਸੂਰਤ ਦੇ ਵਿੱਚ ਇੱਕ ਲੜਾਈ ਹੋਈ, ਜਿਹੜਾ ਇੰਗਲਿਸ਼ ਫਲੀਟ ਸੀ ਉਹਨੇ ਪੁਰਤਗਾਲੀਆਂ ਨੂੰ ਬੀਟ ਕੀਤਾ, ਇਸ ਤਰ੍ਹਾਂ ਪੁਰਤਗਾਲੀ ਜਿਹੜੇ ਨੇ ਉਹਨਾਂ ਦਾ ਕਬਜ਼ਾ ਗੋਆ ਤੱਕ ਹੀ ਰਿਹਾ। 1961 ਤੱਕ ਜਿਹੜੀ ਗੋਆ ਪੁਰਤਗਾਲ ਦੀ ਕੋਲੋਨੀ ਸੀ, 1961 'ਚ ਫੌਜ ਨੇ ਹਮਲਾ ਕਰਕੇ ਉਹਨੂੰ ਆਪਣੇ ਨਾਲ ਮਿਲਾਇਆ ਭਾਰਤ ਦੀ ਫੌਜ ਨੇ ਜੀ। 1842 ਦੇ ਵਿੱਚ ਬ੍ਰਿਟੇਨ ਔਰ ਚਾਈਨਾ ਨੇ ਇੱਕ ਸੰਧੀ ਦੇ ਉੱਤੇ ਦਸਖਤ ਕੀਤੇ, ਉਦੋਂ ਤੱਕ ਇਹਨਾਂ ਦੀ ਲੜਾਈ ਚੱਲ ਰਹੀ ਸੀ। ਇਹ ਬ੍ਰਿਟਿਸ਼ ਜਿਹੜੇ ਨੇ ਓਪੀਅਮ ਅਫੀਮ ਚੀਨ ਦੇ ਵਿੱਚ ਭੇਜਦੇ ਸੀ, ਉਹਨੂੰ ਰਿਜ਼ਿਸਟ ਕਰਦੇ ਸੀ, ਉਹਨਾਂ ਨੂੰ ਓਪੀਅਮ ਵਾਰ ਚੱਲਦੀਆਂ ਰਹੀਆਂ। ਸੋ ਚਾਈਨਾ ਨੇ ਫਾਈਨਲੀ ਸਰੈਂਡਰ ਕੀਤਾ, 1842 ਦੀ ਟ੍ਰੀਟੀ ਹੋਈ, ਅਤੇ ਹਾਂਗਕਾਂਗ ਜਿਹੜਾ ਕਿ ਚੀਨ ਦਾ ਹਿੱਸਾ ਸੀ ਉਹਨਾਂ ਨੇ ਬ੍ਰਿਟੇਨ ਨੂੰ ਦੇ ਦਿੱਤਾ, ਔਰ ਇਹ ਟ੍ਰੀਟੀ ਹੋਈ। 1998 ਤੱਕ ਇਹ ਅੰਗਰੇਜ਼ਾਂ ਦੇ ਕਬਜ਼ੇ 'ਚ ਰਹਿਣਾ ਸੀ। ਸੋ ਫਾਈਨਲੀ ਅੰਗਰੇਜ਼ਾਂ ਨੇ 1842 ਤੋਂ 1998 ਤੱਕ ਉਹਨੂੰ ਆਪਣੇ ਕੰਟਰੋਲ 'ਚ ਰੱਖਿਆ, ਹੁਣ ਚੀਨ ਦੇ ਹਵਾਲੇ ਕਰ ਦਿੱਤਾ, ਹੁਣ ਚੀਨ ਦਾ ਹਿੱਸਾ। 1862 ਦੇ ਵਿੱਚ ਜਿਹੜੀ US ਬਿਊਰੋ ਆਫ ਇਨਗ੍ਰੇਵਿੰਗ ਐਂਡ ਪ੍ਰਿੰਟਿੰਗ, ਨੋਟ ਜਿਹੜੇ ਛਪਦੇ ਨੇ, ਕਦੇ ਵਾਸ਼ਿੰਗਟਨ ਆਓ ਉੱਥੇ ਦੇਖੋ ਵੀ ਕਿਵੇਂ ਨੋਟ ਛਪਦੇ ਨੇ, ਜਿਹਨਾਂ ਡਾਲਰਾਂ ਦੇ ਹਰੇ ਹਰੇ ਰੰਗ ਦੇ ਪਿੱਛੇ ਸਾਰੀ ਦੁਨੀਆ ਦੀ ਵਾਨੀ ਹੈ। ਸੋ ਇਹ 1862 ਦੇ ਵਿੱਚ US ਬਿਊਰੋ ਆਫ ਇਨਗ੍ਰੇਵਿੰਗ ਐਂਡ ਪ੍ਰਿੰਟਿੰਗ ਨੇ ਆਪਣਾ ਕੰਮ ਸ਼ੁਰੂ ਕੀਤਾ। 1916 ਦੇ ਵਿੱਚ US ਕਾਂਗਰਸ ਨੇ ਜੋਨਸ ਐਕਟ ਮਨਜ਼ੂਰ ਕੀਤਾ, ਜਿਹਦੇ ਥੱਲੇ ਫਿਲੀਪੀਨਸ ਨੂੰ ਆਜ਼ਾਦੀ ਦਿੱਤੀ ਗਈ। 1945 ਦੇ ਵਿੱਚ ਬ੍ਰਿਟਿਸ਼ ਨੇ ਹਾਂਗਕਾਂਗ ਜਿਹੜਾ ਉਹ ਜਪਾਨੀਆਂ ਤੋਂ ਲਿਬਰੇਟ ਕੀਤਾ, ਭਾਵੇਂ ਚੀਨੀਆਂ ਤੋਂ ਲੈ ਲਿਆ ਸੀ ਪਰ ਜਦੋਂ ਸੈਕਿੰਡ ਵਰਲਡ ਵਾਰ ਹੋਈ ਅਤੇ ਜਪਾਨੀ ਪਿੱਛੋਂ ਦੀ ਆ ਵੜੇ, ਉਹਨਾਂ ਨੇ ਹਾਂਗਕਾਂਗ 'ਤੇ ਕਬਜ਼ਾ ਕਰ ਲਿਆ ਸੀ। ਸੋ ਜਦੋਂ ਅਮਰੀਕਾ ਨੇ ਬੰਬ ਸੁੱਟੇ ਹੀਰੋਸ਼ੀਮਾ ਨਾਗਾਸਾਕੀ 'ਤੇ, ਹਾਂਗਕਾਂਗ ਵੀ ਜਿਹੜਾ ਉਹ ਫਰੀ ਹੋਇਆ ਜਪਾਨੀਆਂ ਤੋਂ, ਅੰਗਰੇਜ਼ਾਂ ਨੂੰ ਉਹਦਾ ਕਬਜ਼ਾ ਮਿਲਿਆ। 1949 ਦੇ ਵਿੱਚ USSR ਨੇ ਪਹਿਲਾ ਐਟਮ ਬੰਬ, ਕਿਉਂਕਿ ਉਦੋਂ ਤੱਕ ਅਮਰੀਕਾ ਕੋਲ ਸੀ, ਸੋ 1949 'ਚ USSR ਨੇ ਪਹਿਲਾ ਐਟਮ ਬੰਬ ਐਕਸਪਲੋਡ ਕੀਤਾ। 1953 'ਚ ਉਹਨਾਂ ਨੇ ਪਹਿਲਾ ਹਾਈਡਰੋਜਨ ਬੰਬ ਐਕਸਪਲੋਡ ਕੀਤਾ, ਅਤੇ 2005 ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਹਰੀਕੇਨ ਕੈਟਰੀਨਾ ਆਇਆ, ਜਿਹਨੇ 1836 ਬੰਦਿਆਂ ਨੂੰ ਮਾਰਿਆ, ਮਰੇ ਉਸ ਕੈਟਰੀਨਾ ਦੇ ਹਵਾਲੇ ਹੋਏ, ਬਿਲੀਅਨਸ ਆਫ ਡਾਲਰਸ ਦੀ ਪ੍ਰੋਪਰਟੀ ਤਬਾਹ ਹੋਈ। ਉਸ ਕੈਟਰੀਨਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਨਿਊ ਔਰਲੀਨਸ ਦਾ, ਉਹਦਾ ਵੀ ਡੈਮੇਜ ਹੋਇਆ ਜੀ, ਪਰ ਇਹ ਕ੍ਰੈਡਿਟ ਯੂਨਾਈਟਿਡ ਸਿੱਖਸ ਨੂੰ ਜਾਂਦਾ ਔਰਗਨਾਈਜੇਸ਼ਨ ਨੂੰ, ਕਿ ਉਹਨਾਂ ਨੇ ਕੈਟਰੀਨਾ ਦੇ ਵਿੱਚ ਬੜਾ ਜ਼ਬਰਦਸਤ ਹਿਊਮੈਨੀਟੇਰੀਅਨ ਕੰਮ ਕੀਤਾ, ਉਸ ਪਾਣੀ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੱਢ ਕੇ ਉਹ ਲਿਆਏ, ਔਰ ਉਸ ਤੋਂ ਇਹ ਜਿਹੜੀ ਔਰਗਨਾਈਜੇਸ਼ਨ ਹੈ ਗਲੋਬਲ ਲੈਵਲ 'ਤੇ ਲਾਂਚ ਹੋਈ ਸੁਨਾਮੀ ਦੇ ਵੇਲੇ, ਔਰ ਉਸ ਤੋਂ ਬਾਅਦ ਹੇਤੀ ਅਰਥਕੁਏਕ ਵੇਲੇ, ਅੱਜ ਯੂਨਾਈਟਿਡ ਨੇਸ਼ਨਸ ਦੀ ਇੱਕ ਰੈਕਗਨਾਈਜ਼ਡ ਹਿਊਮਨ ਡਿਵੈਲਪਮੈਂਟ ਔਰਗਨਾਈਜੇਸ਼ਨ ਦੇ ਥੱਲੇ ਇੱਕ ਜਥੇਬੰਦੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਪਹਿਲਾ ਸਵਾਲ ਹੈ, ਰੂਸ ਅਤੇ ਪਾਕਿਸਤਾਨ ਵਿਚਾਲੇ ਮਾਸਕੋ ਵਿੱਚ ਵਿਉਂਤਬੰਧਕ ਮਸਲਿਆਂ ਸੰਬੰਧੀ ਗੱਲਬਾਤ ਦਾ ਦੌਰ ਸ਼ੁਰੂ ਹੋਇਆ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਹ ਉਲਟੇ ਬਾਂਸ ਬਰੇਲੀ ਕੋ ਜਿਵੇਂ ਕਹਿੰਦੇ ਨੇ ਵੀ, ਕਦੇ ਇੰਡੀਆ ਜਿਹੜਾ ਉਹ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਸੀ ਜੀ, ਹੁਣ ਇੰਡੀਆ ਅਮਰੀਕਾ ਦੇ ਇਨਫਲੂਐਂਸ ਜਾ ਰਿਹਾ, ਅਤੇ ਪਾਕਿਸਤਾਨ ਜਿਹੜਾ ਉਹ ਚੀਨ ਵੱਲ ਤਾਂ ਹੈ ਹੀ ਸੀ, ਹੁਣ ਰਸ਼ੀਆ ਵੱਲ ਵੀ ਜਾ ਰਿਹਾ। ਸੋ ਇਹ ਜਿਹੜੀ ਪਿਛਲੇ ਸਾਲ ਹੀ ਜਿਹੜਾ ਪਾਕਿਸਤਾਨ ਦਾ ਫੌਜੀ ਚੀਫ ਹੈ ਜਨਰਲ ਕਿਆਨੀ, ਉਹ ਰਸ਼ੀਆ ਦੇ ਦੌਰੇ 'ਤੇ ਗਏ ਸੀ, ਫਿਰ ਰਸ਼ੀਅਨ ਚੀਫ ਆਇਆ। ਸੋ ਹੁਣ ਪਿਛਲੇ ਦਿਨਾਂ 'ਚ ਇਹ ਜਿਹੜਾ ਰਸ਼ੀਆ ਪਾਕਿਸਤਾਨ ਸਟ੍ਰੈਟਜਿਕ ਡਾਇਲੋਗ ਉਹਨਾਂ ਨੇ ਕਿਹਾ, ਉਹਦੇ 'ਚ ਪੋਲੀਟੀਕਲ, ਡਿਪਲੋਮੈਟਿਕ, ਇਕਨੋਮਿਕਲ ਅਤੇ ਡਿਫੈਂਸ ਰਿਲੇਸ਼ਨਸ, ਇਨਕਲੂਡਿੰਗ ਅਫਗਾਨਿਸਤਾਨ 'ਚ ਕੀ ਪੋਜੀਸ਼ਨ ਹੋਏਗੀ, ਇਹਨਾਂ ਇਸ਼ੂਜ਼ ਦੇ ਉੱਤੇ
ਫੋਰਨ ਸੈਕਟਰੀ ਲੈਵਲ 'ਤੇ ਗੱਲਬਾਤ ਹੋਈ ਹੈ। ਸੋ ਜ਼ਲੀਲ ਅਬਾਸ ਜਿਲਾਨੀ ਪਾਕਿਸਤਾਨ ਦੇ ਫੋਰਨ ਸੈਕਟਰੀ, ਉਹਨਾਂ ਨੇ ਮਾਸਕੋ ਦੇ ਵਿੱਚ ਇਹ ਡੈਲੀਗੇਸ਼ਨ ਲੀਡ ਕੀਤਾ। ਸੋ ਇਸ ਤੋਂ ਅਗਲਾ ਸਟੈਪ ਜਿਹੜਾ ਉਹ ਫੋਰਨ ਮਿਨਿਸਟਰ ਦੇ ਲੈਵਲ 'ਤੇ ਹੋਏਗਾ, ਰਸ਼ੀਆ ਦੇ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਿਲਣਗੇ। ਔਰ ਇਸ ਤੋਂ ਪਹਿਲਾਂ ਜਿਹੜੇ ਗੁੱਡਵਿਲ ਜੈਸਚਰ ਦੋਨਾਂ ਦੇਸ਼ਾਂ 'ਚ ਆਏ ਰਸ਼ੀਆ ਔਰ ਪਾਕਿਸਤਾਨ ਦੇ ਵਿੱਚ, ਰਸ਼ੀਆ ਨੇ ਪਾਕਿਸਤਾਨ ਨੂੰ ਸ਼ੰਘਾਈ ਕੋਆਪਰੇਸ਼ਨ ਔਰਗਨਾਈਜੇਸ਼ਨ ਦਾ ਜਿਹੜਾ ਗਰੁੱਪ ਹੈ ਉਹਦੇ 'ਚ ਓਬਜ਼ਰਵਰ ਦਾ ਸਟੈਟਸ ਦਵਾਇਆ, ਉਹਦੇ 'ਚ ਮਦਦ ਕੀਤੀ ਹੈ। ਔਰ ਪਾਕਿਸਤਾਨ ਨੇ ਰਸ਼ੀਆ ਨੂੰ ਔਰਗਨਾਈਜੇਸ਼ਨ ਆਫ ਇਸਲਾਮਿਕ ਔਰਗਨਾਈਜੇਸ਼ਨ, ਇਸ ਦੇ ਵਿੱਚ ਓਬਜ਼ਰਵਰ ਜਿਹੜਾ ਸਟੈਟਸ ਦਵਾਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਡਿਪਲੋਮੈਟਿਕ ਪਾਰਟ ਦੇ ਉੱਤੇ ਜੇ ਇੰਡੀਆ ਐਨੂੰ ਹੋਇਆ ਤਾਂ ਪਾਕਿਸਤਾਨ ਉਹਨੂੰ ਗਿਆ। ਅਲਟੀਮੇਟਲੀ ਅਮਰੀਕਾ ਨੇ ਵੀ ਹਥਿਆਰ ਵੇਚਣੇ ਨੇ, ਉਹ ਇੰਡੀਆ ਨੂੰ ਵੇਚੀ ਜਾਏਗਾ। ਅੱਗੇ ਇੰਡੀਆ ਰਸ਼ੀਆ ਤੋਂ ਲੈਂਦਾ ਸੀ, ਹੁਣ ਪਾਕਿਸਤਾਨ ਲਈ ਜਾਏਗਾ। ਸੋ ਲੈ ਦੇ ਕੇ ਇਹ ਇਹਨਾਂ ਦੀ ਆਪਣੀ ਬਿਜ਼ਨਸ ਹੈ, ਅਤੇ ਸਾਡੇ ਵਰਗੇ ਜਿਹੜੇ ਉੱਥੇ ਬੈਠੇ ਨਿੱਕੇ ਨਿੱਕੇ ਮੁਲਕ ਨੇ ਜੀ, ਉਹ ਲੱਗੇ ਹੋਏ ਨੇ ਆਪਣੇ ਲੋਕਾਂ ਨੂੰ ਵੀ ਦਿਖਾਉਣ ਕੇ ਜੀ ਦੇਖੋ ਹੁਣ ਸਾਡੀ ਯਾਰੀ ਰੂਸ ਨਾਲ ਹੈ। ਉਹ ਕਹਿੰਦੇ ਦੇਖੋ ਹੁਣ ਅਮਰੀਕਾ ਸਾਡਾ ਯਾਰ ਹੈ ਜੀ ਜੀ, ਅਤੇ ਹੁਣ ਅਮਰੀਕਾ ਦੀ ਯਾਰੀ 'ਚੋਂ ਖੱਟ ਲਿਆ ਵੀ ਡਾਲਰ ਦੇ ਮੁਕਾਬਲੇ 68 ਰੁਪਈਏ ਦੇ ਉੱਤੇ ਰੁਪਈਆ ਡਾਂਸ ਕਰ ਰਿਹਾ ਜੀ ਜੀ। ਸੋ ਲੇਕਿਨ ਇਹ ਇੱਕ ਨਿਊਜ਼ ਆਫ ਇੰਟਰਸਟ ਹੈ ਕਿ ਵੀ ਜੇ ਅਮੈਰੀਕਾ ਇੰਡੀਆ ਰਸ਼ੀਆ ਤੋਂ ਡਰਿਫਟ ਕੀਤਾ ਹੈ ਅਤੇ ਰਸ਼ੀਆ ਨੇ ਪਾਕਿਸਤਾਨ ਵੱਲ ਆਪਣੇ ਕਦਮ ਮੋੜ ਲਏ ਜੀ। ਡਾਕਟਰ ਸਾਹਿਬ ਹੁਣ ਵੀ ਲਾ ਗਿਆ ਬ੍ਰੇਕ ਦਾ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।